ਹੁੰਦੇ ਨੇ ਖੁਦ ਮੈਂ ਖੁਦ ਉਹਨਾਂ ਨੂੰ ਨੀ ਆਖਿਆ। ਨਦੀਆਂ ਦੇ ਕਿਨਾਰੇ ਹੁੰਦੇ ਹੀ ਨੇ ਹਰ ਨਦੀ ਦੇ, ਹਰ ਦਰਿਆ ਦੇ, ਹਰ ਸਮੁੰਦਰ ਦੇ, ਪਰ ਕਿਹੜਾ ਕਿਨਾਰਾ ਜਿੱਥੇ ਬੈਠ ਕੇ ਨਾਮ ਜਪਿਆ ਗਿਆ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਅਸਥਲ ਸੋਏ ਨ ਚੌਬਾਰੇ। ਜਿੱਥੇ ਬਹਿ ਕੇ ਗੁਰੂ ਦਾ ਪਿਆਰਾ ਕੋਈ ਨਾਮ ਜਪਦਾ, ਉਹ ਤਾਂ ਪਹਾੜ ਉਜਾੜ ਬੀਆਬਾਨ ਵੀ ਸੋਨੇ ਦੇ ਮੰਦਰਾਂ ਵਰਗੇ ਲੱਗਣ ਲੱਗ ਜਾਂਦੇ ਨੇ। ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਸੋਨਾ ਨੀ, ਸੋਨ ਦਾ ਮਤਲਬ ਹੀ ਨੀ ਚੰਗਾ ਹੁੰਦਾ। ਇੱਕ ਪ੍ਰੇਮੀ ਨੇ ਬੇਨਤੀ ਕਰੀ ਸੀ ਸ਼੍ਰੋਮਣੀ ਕਮੇਟੀ ਨੂੰ, ਮੈਂ ਸੋਨੇ ਦੇ ਪੱਤਰਿਆਂ ਵਾਲਾ ਗੁਰੂ ਗ੍ਰੰਥ ਸਾਹਿਬ ਤਿਆਰ ਕਰਕੇ ਦਿੰਦਾ, ਉਹਦਾ ਇੱਕ ਗੁਰੂ ਸਾਹਿਬ ਸੋਭਾ ਵਾਜੂ। ਇਹ ਮਾਇਆ ਤੋਲਿਆ ਜਾਣ ਵਾਲਾ ਨਹੀਂ ਹੈ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਐ ਹੈ ਮੋਲ। ਜੇ ਰੱਬ ਭਗਵਾਨ ਪਰਮੇਸ਼ਰ ਮਾਇਆ ਨਾ ਤੋਲਿਆ ਜਾਂਦਾ ਹੁੰਦਾ, ਤਾਂ ਟਾਟਾ ਡਾਲੀਆਂ ਬਿਰਲਾ ਅੰਬਾਨੀ ਵਰਗੀ ਖਰੀਦ ਕੇ ਲੈ ਜਾਂਦੇ। ਜਿੱਥੇ ਆਖੋ ਸਤਨਾਮ ਆਪਾਂ ਨੂੰ ਕਿਹੜੇ ਪ੍ਰਾਪਤ ਰਹਿ ਜਾਂਦੇ ਮਗਰ ਜੀ। ਉਹਦਾ ਪ੍ਰੇਮ ਦਾ ਭੁੱਖਾ ਹੈ, ਜਿਹਨੇ ਪ੍ਰੇਮ ਕੀ ਉਹਦੇ ਨੀ ਪਰਾ ਪਾਇਓ ਗੋਬਿੰਦ ਪਾਓ ਭਗਤ ਦਾ ਭੁੱਖਾ। ਜਿਹਨੇ ਪਾਇਆ ਕਬੀਰ ਵਰਗਿਆਂ ਨੇ ਕੁੱਲੀ ਚ ਬਹਿ ਕੇ ਪਾ ਲਿਆ, ਨਾਮਦੇਵ ਨੇ ਕੁੱਲੀਆਂ ਚ ਬਹਿ ਕੇ ਪਾ ਲਿਆ, ਰਵਿਦਾਸ ਨੇ ਕੁੱਲੀ ਚ ਬਹਿ ਕੇ ਪਾ ਲਿਆ ਪ੍ਰੇਮ ਨਾਲ। ਇਹ ਮਾਇਆ ਨਾਲ ਹੀ ਵੰਡਿਆ ਜਾਣ ਵਾਲਾ, ਖਰੀਦਿਆ ਜਾਣ ਵਾਲਾ। ਸੋ ਗੁਰੂ ਕੇ ਪਿਆਰਿਓ, ਉਹ ਪਵਿੱਤਰ ਕਿਨਾਰਾ ਉਹ ਕਿਹੜਾ ਜਿੱਥੇ ਬਹਿ ਕੇ ਨਾਮ ਜਪਿਆ ਗਿਆ, ਯੁੱਗਾਂ ਤੱਕ ਨਾਮ ਜਪਿਆ ਗਿਆ। ਤੀਰਥ ਦਾ ਅਰਥ ਹੈ ਪਵਿੱਤਰ ਕਿਨਾਰਾ। ਇਹ ਸਾਡੇ ਨਿਰਮਲੇ ਸੰਪਰਦਾਇ ਦੇ ਮਹਾਂਪੁਰਸ਼ਾਂ ਦੇ ਅਰਥ ਨੇ, ਕਿਉਂਕਿ ਦਾਸ ਵੀ ਨਿਰਮਲ ਸੰਪਰਦਾਇ ਨਾਲ ਸੰਬੰਧ ਰੱਖਦਾ। ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਾਉਂਟਾ ਸਾਹਿਬ ਤੋਂ ਪੰਜ ਗੁਰਸਿੱਖਾਂ ਨੂੰ ਕਾਂਸੀ ਬਨਾਰਸ ਭੇਜ ਕੇ ਵਿੱਦਿਆ ਪੜ੍ਹਾਈ ਸੀ, ਆਪ ਨੂੰ ਆਜ਼ਾਦ ਹੋਣਾ। ਉਹਨਾਂ ਨੂੰ ਡਿਊਟੀ ਲਾਈ ਸੀ, ਘਰ ਘਰ ਪਿੰਡ ਪਿੰਡ ਫਿਰ ਕੇ ਬਾਣੀ ਦਾ ਪ੍ਰਚਾਰ ਕਰੋ। ਦਾਸ ਉਸ ਭੇਜ ਦਾ ਸੇਵਾਦਾਰ ਹੈ, ਸਾਨੂੰ ਵਰ ਨਾਲ ਵਿੱਦਿਆ ਦਿੱਤੀ ਸੀ। ਜਿਹੜਾ ਉੱਥੋਂ ਦੇ ਵਿਦਿਆਰਥੀ 30 ਸਾਲਾਂ 'ਚ ਪੜ੍ਹਦੇ ਸੀ ਨਾ ਕਾਂਸੀ ਬਨਾਰਸ, ਉਹ ਗੁਰਸਿੱਖਾਂ ਨੂੰ 5 ਸਾਲ ਵਿੱਦਿਆ ਦਿੱਤੀ, ਵਰ ਦੇ ਤਾਂ ਤੁਸੀਂ 5 ਸਾਲਾਂ ਦੇ ਉਹਦੇ ਨਿਪੁੰਨ ਹੋ ਜਾਓਗੇ। ਸਾਨੂੰ ਵਰ ਹੈ, ਅਸੀਂ 5 ਅੱਖਰ ਪੜ੍ਹੀਏ 500 ਅੱਖਰ ਦਾ ਗਿਆਨ ਹੋ ਜਾਂਦਾ ਸਾਨੂੰ, ਉਹ ਵਰ ਸਾਡੇ ਸਿਰ 'ਤੇ। ਮਿਹਰ ਪਰ ਹੱਥ ਨਾ ਰੱਖਿਆ ਮਰਦਾ, ਸਾਡੇ ਨਾਲ ਚੱਲਿਆ ਹੁੰਦਾ। ਮੈਂ ਅਨਪੜ੍ਹ ਬਿਲਕੁਲ ਹੜ ਪਾਉਣ ਵਾਲਾ, ਇਹ ਨਿਰਮਲ ਪੇਖ ਦੀ ਕਾਲੀਆਂ ਵਾਲੇ ਪਾਤਸ਼ਾਹ ਦੀ ਕਿਰਪਾ। ਸੋ ਗੁਰੂ ਕੇ ਪਿਆਰਿਓ, ਸੋ ਪਵਿੱਤਰ ਕਿਨਾਰਾ। ਹੁਣ ਆਓ ਆਪਾਂ ਪੁੱਛੀਏ ਵੀ ਮਹਾਰਾਜ ਉੱਥੇ ਜਾ ਕੇ ਤੀਰਥਾਂ ਉੱਤੇ ਹਾਜ਼ਰੀ ਕਿਹਦੀ ਲੱਗਦੀ ਹੈ, ਪ੍ਰਵਾਨ ਕਿਹਦਾ ਆਉਂਦਾ ਉੱਥੇ ਪਹੁੰਚਿਆ। ਜਾਣਦੇ ਸਾਰੇ ਹੋ, ਦੇਗਾਂ ਸਾਰੇ ਕਰਾਉਂਗੇ, ਵੱਧ ਚੜ੍ਹ ਕੇ ਮਾਇਆ ਪਾਓਗੇ, ਭੇਟਾ ਮਹਿੰਗੇ ਮਹਿੰਗੇ ਰੁਮਾਲੇ ਰਾਸ਼ਨ ਬਹੁਤ ਕੁਝ ਚੜਾਓਗੇ, ਅਰਦਾਸਾਂ ਕਰਕੇ ਆਉਂ, ਟੁੱਬੀਆਂ ਵੀ ਗਣਗਣ ਲਾਓਗੇ, ਪਰ ਉੱਥੇ ਪ੍ਰਵਾਨ ਕਿਹਦਾ ਹੁੰਦਾ ਹੈ। ਤੀਰਥ ਨਾਵਾ ਜੇ ਤੇ ਸੁਭਾਵਾ, ਪੜ੍ਹਦੇ ਹੋ ਨਾ, 6ਵੀਂ ਪੌੜੀ ਹੈ। ਬੜੇ ਟਕਾਨ ਪੜ੍ਹਿਆ ਕਰੋ, ਭੱਜ ਭੱਜ ਕੇ ਵੀ ਮੁਕਾਉਣਾ, ਗੁਰਬਾਣੀ ਮੁਕਾਇਆ ਨਾ ਕਰੋ, ਸਮਝਿਆ ਕਰੋ, ਪੜ੍ਹਿਆ ਨਾਲ ਹੀ ਭੇਦ ਬੁੱਝਿਆ ਪਾਵਣਾ। ਇੱਕ ਇੱਕ ਅੱਖਰ ਸਮਝ ਸਮਝ ਕੇ ਲੰਘੋ, ਥੋੜ੍ਹਾ ਪੜ੍ਹਦੇ ਹੋ ਸਮਝਿਓ ਨਾਲ ਦੀ ਨਾਲ। ਗਿਣਤੀ ਨਹੀਂ ਕਰਨੀ ਵੀ ਕਿੰਨੇ ਸੁਖਲੀ ਸਾਹਿਬ ਦੇ ਪਾਠ ਕਰਦੇ, ਕਿੰਨੇ ਜਪਜੀ ਸਾਹਿਬ ਕਰਦੇ, ਕਰੋ ਭਾਗਾਂ ਵਾਲੇ ਹੋ, ਪਰ ਆਰਾਮ ਨਾਲ ਕਰੋ, ਟਕਾ ਨਾਲ ਕਰੋ, ਪਤਾ ਲੱਗੇ, ਸਮਝ ਆਵੇ ਬਾਣੀ, ਸਮਝੋ। ਪਰ ਮਹਾਂਪੁਰਸ਼ ਨੇ ਇੰਨਾ ਕੁ ਬੋਲੋ ਜਾਂ ਤੁਹਾਡੇ ਕੰਨਾਂ 'ਚ ਵੀ ਪਵੇ ਆਵਾਜ਼, ਨਾਲੇ ਪੜ੍ਹਨ ਦੀ ਤੁਹਾਨੂੰ ਨਾਲੇ ਉਹਦਾ ਫਲ ਮਿਲੇ, ਨਾਲ ਸੁਣਨ ਦਾ ਫਲ ਵੀ ਨਾਲ ਮਿਲੇ, ਡਬਲ ਮਿਲ ਜਾਵੇ। ਜਿਵੇਂ ਇੱਥੇ ਸੰਗਤ ਪੰਗਤ ਦੋਨੋਂ ਮਿਲਦੀਆਂ ਨੇ ਨਾ, ਇਵੇਂ ਦੋਨੋਂ 'ਚ ਤੁਹਾਨੂੰ ਡਬਲ ਫਲ ਮਿਲੇ। ਸੋ ਗੁਰੂ ਕੇ ਪਿਆਰੋ, ਤੀਰਥ ਨਹਾਵਾਂ, ਤੀਰਥ ਨਹਾਉਣਾ ਤਾਂ ਫਾਇਦੇਮੰਦ, ਤਾਂ ਲਾਭ, ਜੇ ਤਿਸ ਭਾਵਾਂ, ਜੋ ਤੀਰਥ ਵਾਲੇ ਤੋਂ ਭਾ ਗਿਆ। ਪੰਜਾਬੀ ਦਾ ਲਫ਼ਜ਼ ਹੈ ਭਾ ਜਾਣਾ, ਚੰਗਾ ਲੱਗਣਾ, ਮਨਜ਼ੂਰ ਕਰ ਲਵੇ, ਹਾਜ਼ਰੀ ਲਾ ਲਵੇ ਤੁਹਾਡੀ, ਨਹੀਂ ਤਾਂ ਵਿਣ ਭਾਣੇ ਕੇ ਨਾ ਆਏ ਕਰੀ, ਸਵਾਲੀਆ ਫਿਕਰ ਹੈ।
ਜੇ ਉਹਨੂੰ ਭਾਇਆ ਹੀ ਨਾ ਉਹ ਟੁੱਬੀਆਂ ਲਾ ਕੇ ਕੀ ਕਰੇਗਾ ਜਿੱਥੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਕੋਲ ਆਉਣਗੇ ਮੈਂ ਜੀ ਬਾਬਾ ਜੀ 11 ਟੁੱਬੀਆਂ ਲਾਈਆਂ ਦੋ ਨਾ ਮੈਂ ਤਾਂ 21 ਲਾ ਦਿਆਂ ਜੀ ਤੀਜਾ ਕਹਿੰਦਾ ਮੈਂ ਤਾਂ ਜੀ 51 ਲਾ ਕੇ ਹਟਿਆ ਇੱਕ ਮੇਰੇ ਕੋਲ ਗੁਰਦਾਸਪੁਰ ਤੋਂ ਸਿੰਘ ਆਉਂਦਾ ਹੈ ਹਰ ਸਾਲ ਆਉਂਦਾ ਹੁਣ ਤਾਂ ਹਟ ਗਿਆ 2 ਸਾਲ ਤੋਂ ਉਹ ਜਿਉਂ ਲੱਗਿਆ ਦੱਸਣ ਬਾਬਾ ਜੀ ਇੰਨੀਆਂ ਇੰਨੀਆਂ ਉਹ 1 ਸਾਲ ਕਹਿੰਦਾ ਬਾਬਾ ਜੀ 5500 ਲਾਤੀਆਂ ਮੈਂ ਕਿਹਾ ਮੈਂ ਤਾਂ ਕਾਲੀਆਂ ਵਾਲੇ ਜਾਣਦਾ ਹੁਣ ਕਹਿੰਦਾ ਬਾਬਾ ਜੀ ਹੁਣ ਤਾਂ ਬਸ ਕਰਕੇ ਹੁਣ ਤਾਂ ਹਟ ਗਿਆ ਗੁਰਸਿੱਖੋ ਟੁੱਬਿਆਂ ਦਾ ਭੁੱਖਾ ਨੀ ਉਹ ਪ੍ਰੇਮ ਦਾ ਪੋਤਾ ਹੁਣ ਸੁਣਿਓ ਉਹ ਭੁੱਖਾ ਕਿਸ ਚੀਜ਼ ਦਾ ਉਹਨੂੰ ਪ੍ਰਵਾਨ ਕਿਹੜੀ ਗੁਰਸਿੱਖੋ ਤੁਹਾਡੇ ਉੱਥੋਂ ਤੋਂ ਚਾਹੁੰਦਾ ਕੀ ਹੈ ਉਹਨੂੰ ਪਿਆਰਾ ਕੌਣ ਹੈ ਮਾਜ ਕਹਿੰਦੇ ਸਿੱਖਾ ਨਾ ਤੇਰੀਆਂ ਮੈਨੂੰ ਦੇਗਾਂ ਪਿਆਰੀਆਂ ਸੁਣ ਲਿਓ ਕਾਲੀਆਂ ਵਾਲ ਦਾ ਵਚਨ ਨਾ ਮੈਨੂੰ ਤੇਰੇ ਚੜਾਵੇ ਪਿਆਰੇ ਨਾ ਤੇਰੇ ਰੁਮਾਲੇ ਪਿਆਰੇ ਨਾ ਤੇਰੇ ਲੰਗਰ ਪਿਆਰੇ ਤੇਰਾ ਕੁਝ ਵੀ ਨੀ ਪਿਆਰਾ ਸਿੱਖਾ ਤੂੰ ਮੇਰੀ ਪਿਆਰਾ ਦਾਦਾ ਬਚਨ ਕਹਿਤਾ ਮਹਾਰਾਜ ਹਜ਼ੂਰੀ ਸਿੱਖ ਕਹਿੰਦੇ ਮਹਾਰਾਜ ਤੂੰ ਤੇ ਸਿੱਖ ਨੂੰ ਪਿਆਰ ਬਹੁਤ ਕਰਦੇ ਹੋ ਤੂੰ ਤਾਂ ਜਾਣ ਤੋਂ ਵੱਧ ਕੇ ਸਮਝ ਅੱਜ ਕੱਲ੍ਹ ਨੂੰ ਸਿੱਖ ਵੀ ਨੀ ਪਿਆਰਾ ਮਰ ਕੇ ਤਾਂ ਪਿਆਰਾ ਜਿਹੜੀ ਚੀਜ਼ ਨੂੰ ਮੈਂ ਪਿਆਰ ਕਰਦਾ ਜੇ ਉਹਨੇ ਉਹ ਸਾਂਭ ਲਈਏ ਜਿਹੜੀ ਮੈਨੂੰ ਦਿੱਤੀ ਹੈ ਉਹਨੂੰ ਸਰਬੰਸ ਵਾਰ ਕੇ ਜੇ ਤਾਂ ਉਹਨੇ ਸਾਂਭ ਲਈ ਫਿਰ ਤਾਂ ਉਹ ਸਿੱਖ ਪਿਆਰਾ ਜੇ ਨਹੀਂ ਸਾਂਭੀ ਫਿਰ ਇਕੱਲੇ ਸਿਰੇ ਉਹਦਾ ਸਰੀਰ ਨੀ ਪਿਆਰਾ ਮੈਨੂੰ ਹੁਣ ਉਹ ਕਿਹੜਾ ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾਏ ਪੜ੍ਹਦੇ ਹੋ ਨਾ ਕਾਲੀਆਂ ਵਾਲ ਦੇ ਬਚਨ ਇਹ ਰਹਿਣੀ ਰਹਿ ਸੋਈ ਸਿੱਖ ਮੇਰਾ ਤੇ ਇਕੱਲੇ ਸਿੱਖ ਨੀ ਉਹ ਸਾਹਿਬ ਮੈਂ ਉਸ ਕਾ ਤੇਰਾ ਐਡਾ ਵੱਡਾ ਦਰਜ ਸਾਡੇ ਨੌਜਵਾਨ ਕਹਿੰਦੇ ਕਾਹਨੂੰ ਕਾਲੀਆਂ ਦਾ ਸਰੂਪ ਰੱਖਣਾ ਨਾਈ ਦੇ ਪੈਰਾਂ ਛਿੱਟੇ ਆਉਂਦੇ ਆ ਜਿੱਥੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਮਾਰ ਲਿਜਾ ਕੇ ਛਿੱਟੇ ਆਉਂਦੇ ਕਾਹਨੂੰ ਭਰਵੱਟੇ ਰੱਖਣੇ ਨੇ ਜੇ ਰੱਖ ਲੈ ਕਿਤੇ ਅੱਖਾਂ ਨਾ ਦੁਖਣ ਲੱਗ ਜਾਣ ਇਹ ਕਾਲੀਆਂ ਵਾਲ ਦੀ ਮੋਹਰ ਹੈ ਜੇ ਤਾਂ ਰੱਖ ਲਈ ਤਾਂ ਕਾਲੀਆਂ ਵਾਲਾ ਤੁਹਾਨੂੰ ਗਲ ਨਾਲ ਲਾਊਗਾ ਤੁਹਾਡੀਆਂ ਹਾਜ਼ਰੀਆਂ ਲਾਊ ਨੇ ਉਹਨੇ ਸਾਤੋਂ ਸਾਤੋਂ ਵੋਟਾਂ ਨੀ ਪਾਉਣੀਆਂ ਵੀ ਕਿੰਨੇ ਆ ਰਹੇ ਥੇ ਕੁੱਲ